ਸਾ ਮੇਰੀ ਸੱਚੀ ਸਰਕਾਰ ਦੇਖੋ ਜੀ ਜਬ ਸੇ ਮੈਂ ਇਸ ਲਾਈਨ ਮੈਂ ਆਉਂ ਸਾਧੂ ਲਾਈਨ ਮੈਂ ਜਬ ਸੇ ਮੇਰੀ 21ਵੀਂ ਤਪੱਸਿਆ ਹੈ 21ਵੀਂ ਤਪੱਸਿਆ ਕੇ ਬਾਅਦ ਮੈਂ ਯਹਾਂ ਪਰ ਪਿੰਡ ਗਾਂਬੜੀ ਗਾਂਬੜੀ ਪੀਰ ਬੁਲੇਗਾ ਜੀ ਇਹ ਗਾਂਬੜੀ ਪੀਰ ਪੇ ਮੇਰੇ ਕੋ ਸਹਿਯੋਗ ਦਿਆ ਗਿਆ ਸੰਗਤ ਨੇ ਮੇਰੇ ਕੋ ਲੈਣੇ ਗਏ ਸਪੈਸ਼ਲ ਫਿਰ ਮੈਂ ਯਹਾਂ ਆਇਆ ਯਹਾਂ ਆ ਕਰ ਮੇਰੀ ਇਹ 9ਵੀਂ ਤਪੱਸਿਆ ਹੈ ਅਬ ਇਹ ਲਾਸਟ ਅਬ ਆਪ ਇਹ ਲਗਾ ਲਓ 9ਵੀਂ ਕੇ ਬਾਅਦ 10ਵੀਂ ਤਪੱਸਿਆ ਖੜੀ ਤਪੱਸਿਆ ਚੱਲੇਗੀ ਮੇਰੀ 24 ਇੱਕ ਤਪੱਸਿਆ ਕੋ ਸਵਾ ਮਹੀਨਾ 41 ਦਿਨ ਫਿਰ ਇਸਕੇ ਬਾਅਦ ਖੜੀ ਤਪੱਸਿਆ ਸ਼ੁਰੂ ਹੋ ਫਿਰ 10ਵੀਂ ਹਾਂਜੀ ਇੱਕ ਸਾਲ ਮੈਂ 2 ਤਪੱਸਿਆ ਇੱਕ ਅਬ ਤੋਂ ਇਸਮੇ ਜੇਠ ਮੈਂ 1 ਦਸੰਬਰ ਕੇ ਹਾਂਜੀ ਸਵਾ ਮਹੀਨਾ ਇੱਕ ਮੈਂ 90 ਦਿਨ ਕੀ ਵੀ ਕੀ ਹੈ ਬੁਲੰਦ ਸ਼ਹਿਰ ਕੇ ਅੰਦਰ ਹਾਂਜੀ ਹਾਂਜੀ ਵਾਧੂ ਜਿਤਨੀ ਆਪ ਗਿਣੀ ਨਹੀਂ ਸਕਦੇ ਅਨਗਿਣਤ ਹੈ ਇਹ ਤਾਂ ਥੋੜ੍ਹਾ ਇਸ ਵਜ੍ਹਾ ਸੇ ਹੋ ਗਿਆ ਕਿਉਂਕਿ ਥੋੜ੍ਹਾ ਆਪਕੋ ਪਤਾ ਹੀ ਹੈ ਕਿਆ ਪ੍ਰੋਗਰਾਮ ਚੱਲ ਰਿਹਾ ਇਹ ਕਰੋਨਾ ਕਾ ਚੱਕਰ ਚੱਲ ਰਿਹਾ ਨਾ ਇਸ ਕਰਕੇ ਸੰਗਤ ਤੋਂ ਬਹੁਤ ਆਤੀ ਹੈ ਓਮ ਕਫੀ ਸੇ ਜੰਬੂ ਫਲ ਚਾਰੂ ਬਖਸ਼ਨਮ ਉਮਾ ਸੁਤਮ ਸੋਖ ਵਿਨਾਸ਼ਕਾਰ ਕਉ ਨਮਾਮਿ ਵਿਘਨੇਸ਼ਵਰ ਪਾਦ ਪੰਕਜਮ ਬੋਲ ਸ਼ੰਕਰ ਭਗਵਾਨ ਕੀ ਜੈ ਬੋਲ ਆਪਣੇ ਆਪਣੇ ਗੁਰਦੇਵ ਮਹਾਰਾਜ ਕੀ ਜੈ ਬੋ ਸਤਿਆ ਸਨਾਤਮ ਧਰਮ ਕੀ ਜੈ ਜੋ ਜੇ ਸਥਾਨ ਹੈ ਬਹੁਤ ਹੀ ਪ੍ਰਾਚੀਨ ਸਥਾਨ ਹੈ ਜੇ ਸਥਾਨ ਪੀਰ ਬਾਬਾ ਕੀ ਦਰਗਾਹ ਹੈ ਜਹਾਂ ਪਰ ਆਨੇ ਪਰ ਬਹੁਤ ਹੀ ਮੰਨਤ ਪੂਰੀ ਹੋਤੀ ਹੈ ਜਹਾਂ ਪਰ ਮਹੰਤ ਮਾਇਆਨਾਥ ਜੀ ਤਪੱਸਿਆ ਕਰਤੇ ਹੈ ਉਨਕੋ ਤਪੱਸਿਆ ਕਰਤੇ ਕੋ 9ਵੀਂ ਤਪੱਸਿਆ ਖੜੇਸ਼ਵਰੀ ਔਰ ਇਸਕੇ ਸਮੇਂ ਉਹਨੇ ਦੂਣੀ ਤਪੱਸਿਆ ਕੀ ਹੈ ਇਸ ਜਗ੍ਹਾ ਕੀ ਬਹੁਤ ਹੀ ਮਾਨਤਾ ਹੈ ਜੋ ਜਹਾਂ ਪਰ ਆਪਣੀ ਮੰਨਤ ਮਾਨਤਾ ਉਨਕੀ ਮੰਨਤ ਪੂਰੀ ਹੋਤੀ ਹੈ ਜਹਾਂ ਪਰ ਵੀਰਵਾਰ ਦਿਨ ਵੀਰਵਾਰ ਕੋ ਭੰਡਾਰਾ ਲੱਗਤਾ ਹੈ ਉਹ ਵੀਰਵਾਰ ਕੀ ਜਹਾਂ ਪਰ ਮੰਨਤਾ ਹੈ ਭੰਡਾਰਾ ਹਰ ਸਾਲ ਬਾਅਦ ਇੱਥੇ ਸਾਲਾਨਾ ਬਾਬਾ ਜੀ ਦੀ ਬਰਸੀ ਮਨਾਈ ਜਾਂਦੀ ਹੈ ਕਚਨਾਰਪੁਰੀ ਮਹਾਰਾਜ ਜੀ ਦੀ ਇੱਥੇ ਬਾਬਾ ਮੁਨੀ ਜੀ ਨੇ ਵੀ ਬਹੁਤ ਸੇਵਾ ਕੀਤੀ ਹੈ ਸਪਤਾਹ ਹੋਈ ਹੈ ਜੱਗਿਆ ਅਨੁਸ਼ਠਾਨ ਕੀਤੇ ਹਨ ਇਸ ਸਾਲ ਬਾਬਾ ਜੀ ਨੇ ਮਹੰਤ ਮਾਇਆਨਾਥ ਜੀ ਨੇ ਅਗਨੀ ਤਪੱਸਿਆ ਕੀਤੀ ਹੈ ਜੋ ਕਿ 31 ਦਿਨ ਅਗਨੀ ਤਪੱਸਿਆ ਚੱਲੀ ਅੱਜ ਨਗਰ ਦੇ ਸੰਯੋਗ ਦੇ ਨਾਲ ਇਲਾਕੇ ਦੇ ਸੰਯੋਗ ਦੇ ਨਾਲ ਭੰਡਾਰਾ ਹੋਇਆ ਭੰਡਾਰਾ ਸੰਪੂਰਨ ਹੋਇਆ ਅਨੁਸ਼ਠਾਨ ਕੀਤੇ ਗਏ ਜੱਗ ਕੀਤੇ ਗਏ ਪੂਰਨ ਉੱਥੇ ਪਾਈ ਗਈ ਅਤੇ ਭੰਡਾਰਾ ਅੰਨਪੂਰਨ ਭੰਡਾਰਾ ਉਟਤ ਵਰਤਿਆ ਗਿਆ